ਸੋ ਜੋ ਵਚਨ ਤੁਸੀਂ ਸੁਣਦੇ ਅਗਰ ਤੁਹਾਡੀ ਸਪਿਰਿਟ 'ਚ ਨਹੀਂ ਗਿਆ ਤੁਸੀਂ ਉਹਨੂੰ ਸਮਝਿਆ ਨਹੀਂ ਤੁਸੀਂ ਆਪਣਾ ਟਾਈਮ ਵੇਸਟ ਕੀਤਾ ਇਹ ਤੋਂ ਚੰਗਾ ਹੀ ਤੁਸੀਂ ਕੁਛ ਹੋਰ ਕਰ ਲੈਂਦੇ ਇਸ ਕਰਕੇ ਵੈਨ ਯੂ ਕਮ ਟੂ ਚਰਚ ਇਸ ਮਾਈਂਡਸੈਟ ਨਾਲ ਆਓ ਕਿ ਅੱਜ ਮੈਂ ਕੁਛ ਸਿੱਖ ਕੇ ਆਉਣਾ ਅੱਜ ਮੈਂ ਕੁਛ ਸਮਝ ਕੇ ਆਉਣਾ ਜੋ ਮੈਨੂੰ ਨਹੀਂ ਪਤਾ ਸਮਝ ਰਹੇ ਹਾਂ ਇੱਕ ਮਿੰਟ ਲਈ ਅੱਖਾਂ ਬੰਦ ਕਰੋ ਬੋਲੋ ਪਰਮੇਸ਼ਵਰ ਅੱਜ ਦਾ ਵਚਨ ਮੈਨੂੰ ਬਦਲੇ ਉਦਾਂ ਦੀ ਪ੍ਰੇਅਰ ਕਰੋ ਜਿੱਦਾਂ ਦੀ ਤੁਹਾਨੂੰ ਲੋੜ ਹੈ ਜਿੱਦਾਂ ਦਾ ਵਚਨ ਤੁਹਾਨੂੰ ਚਾਹੀਦਾ ਅਗਰ ਤੁਹਾਡੀ ਵੀਕਨੈਸ ਹੈ ਕੋਈ ਉਤੋਂ ਓਵਰਕਮ ਕਰਨਾ ਚਾਹੁੰਦੇ ਉਹਦੇ ਲਈ ਪ੍ਰੇਅਰ ਕਰੋ ਵਟ ਐਵਰ ਇਜ਼ ਗੋਇੰਗ ਔਨ ਇਨ ਯੋਰ ਲਾਈਫ ਜਸਟ ਪ੍ਰੇ ਅਬਾਊਟ ਦੈਟ ਖੋਲੋ ਖੋਲੋ ਆਪਣੀ ਜ਼ੁਬਾਨ ਬੋਲੋ ਸਭ ਜਣ ਆਮੀਨ ਕਦੀ ਕਿਸੇ ਨੇ ਖੁਦਾ ਦੇ ਦਿਲ ਨੂੰ ਮਹਿਸੂਸ ਕੀਤਾ ਕਿਹਨੇ ਮਹਿਸੂਸ ਕੀਤਾ ਖੁਦਾ ਦੇ ਦਿਲ ਨੂੰ ਕਿਸੇ ਨੇ ਮਹਿਸੂਸ ਕੀਤਾ ਕਦੀ ਸਿਰਫ ਪੰਜ ਸੱਤ ਬੰਦੇ ਹੀ ਆ ਚੁਣਵੇਂ ਚੁਣਵੇਂ ਚਲੋ ਦੱਸੋ ਕੀ ਮਹਿਸੂਸ ਕੀਤਾ ਕਦੀ ਪਿਆਰ ਓਕੇ ਹਾਂਜੀ ਓਕੇ ਹੋਰ ਹਾਂਜੀ ਓਕੇ ਹੋਰ ਕੀ ਬੋਲੇ ਮਰਸੀ ਹੋਰ ਓਕੇ ਹੋਰ ਉਹਦੀ ਭੇਡਾਂ ਦੀ ਰਖਵਾਲੀ ਹੋਰ ਅੱਛਾ ਕੁਛ ਗਲਤ ਕਰਨਾ ਹੀ ਭਾਈ ਨਹੀਂ ਕੀਤਾ ਓਕੇ ਗੁੱਡ ਕਿਹੜੇ ਬਿਲੀਵ ਕਰਦੇ ਆ ਕਿ ਹੋਲੀ ਸਪਿਰਿਟ ਦੇ ਵਿੱਚ ਚੱਲਦੇ ਆ ਕਿਹੜੇ ਬਿਲੀਵ ਕਰਦੇ ਆ ਸੋਚ ਸਮਝ ਕੇ ਹੱਥ ਖੜਾ ਕਰਿਓ ਮੈਂ ਫੜ ਲੈਣੇ ਹੁਣੇ ਕਿਹੜੇ ਬਿਲੀਵ ਕਰਦੇ ਆ ਕਿ ਹੋਲੀ ਸਪਿਰਿਟ ਚੱਲਦੇ ਆ ਕਿਹੜੇ ਬਿਲੀਵ ਕਰਦੇ ਆ ਕਿ ਹੋਲੀ ਸਪਿਰਿਟ 'ਚ ਚੱਲਦੇ ਆ ਕਿੰਨੇ ਬਿਲੀਵ ਕਰਦੇ ਆ ਕਿ ਹੋਲੀ ਸਪਿਰਿਟ 'ਚ ਚੱਲਦੇ ਆ ਸੱਤ ਸੱਚ ਹੱਥ ਖੜਾ ਕਰਿਓ ਕਿੰਨੇ ਬਿਲੀਵ ਕਰਦੇ ਆ ਕਿ ਹੋਲੀ ਸਪਿਰਿਟ ਵਿੱਚ ਚੱਲਦੇ ਆ ਮੈਂ ਤਾਂ ਹਲੇ ਕਿਹਾ ਹੀ ਨਹੀਂ ਓਕੇ ਅਗਰ ਤੁਹਾਨੂੰ ਹੋਲੀ ਸਪਿਰਿਟ ਥੱਲੇ ਕਰ ਲਓ ਅਗਰ ਤੁਹਾਨੂੰ ਹੋਲੀ ਸਪਿਰਿਟ ਨੇ ਕਿਹਾ ਹੱਥ ਖੜੇ ਕਰ ਕੀ ਤੁਸੀਂ ਉਦੋਂ ਤੱਕ ਹੱਥ ਖੜਾ ਕਰੋਗੇ ਜੋ ਤੁਸੀਂ ਥੱਕ ਗਏ ਜਾਂ ਫਿਰ ਉਦੋਂ ਤੱਕ ਜਦੋਂ ਤੱਕ ਉਹ ਕਹਿੰਦਾ ਕਹਿੰਦਾ ਮੂਸਾ ਨੇ ਹੱਥ ਖੜੇ ਕੀਤੇ ਯੋਸ਼ੂਆ ਲੜਾਈ ਲੱਗੀ ਪਈ ਉੱਥੇ ਕਹਿੰਦਾ ਮੂਸਾ ਦੇ ਹੱਥ ਥੱਕ ਗਏ ਮੂਸਾ ਕਹਿੰਦਾ ਮੇਰੇ ਹੱਥ ਥੱਲੇ ਨਹੀਂ ਆਉਣੇ ਜਿੰਨੀ ਦੇਰ ਤੱਕ ਉਹਦੇ ਹੱਥ ਖੜੇ ਸੀ ਲੜਾਈ ਜਿੱਤ ਰਹੀ ਕਹਿੰਦਾ ਉਹਨਾਂ ਨੇ ਲਿਆ ਕੇ ਥੱਲੇ ਇੱਟਾਂ ਰੱਖਦੀਆਂ ਤਾਂ ਕਿ ਉਹਦੇ ਹੱਥ ਖੜੇ ਰਹਿਣ ਜਿੰਨੀ ਦੇਰ ਤੱਕ ਉਹਦੇ ਹੱਥ ਖੜੇ ਰਹੇ ਉਹ ਜਿੱਤਦਾ ਰਿਹਾ ਅਗਰ ਤੁਹਾਨੂੰ ਹੋਲੀ ਸਪਿਰਿਟ ਨੇ ਕਹਿਤਾ ਹੱਥ ਖੜੇ ਕਰ ਲਓ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਖੜੇ ਕਰੋਗੇ ਤੁਸੀਂ ਜਿੱਤੋਗੇ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਘਬਰਾਨੇ ਕਾ ਤੂੰ ਆ ਇੱਕ ਦਿਨ ਮੈਨੂੰ ਪਰਮੇਸ਼ਰ ਨੇ ਕਿਹਾ ਗੋਡਿਆਂ ਤੇ ਬਹਿ ਜਾ ਮੇਰੇ ਪੈਰ ਇੱਦਾਂ ਹੋ ਗਏ ਕਿ ਲਾਈਕ ਨਾਲੋਂ ਲੱਥ ਗਏ ਪਰ ਮੈਂ ਕਿਹਾ ਮੈਂ ਉਨੀ ਦੇਰ ਤੱਕ ਹਿੱਲੂਗਾ ਨਹੀਂ ਜਿੰਨੀ ਦੇਰ ਤੱਕ ਤੂੰ ਮੈਨੂੰ ਕਹਿਣਾ ਨਹੀਂ ਹਿੱਲ ਜਾ ਮੈਂ ਉਨੀ ਦੇਰ ਤੱਕ ਬੈਠਾ ਰਹੂੰਗਾ ਹੋਲੀ ਸਪਿਰਿਟ ਦੇ ਵਿੱਚ ਵਾਕ ਐਂਡ ਟਾਕ ਕਰਨ ਦਾ ਮਤਲਬ ਫੋਲੋਇੰਗ ਐਗਜੈਕਟਲੀ ਵਟ ਹੋਲੀ ਸਪਿਰਿਟ ਸੇਜ਼ ਉਸ ਚੀਜ਼ ਨੂੰ ਫੋਲੋ ਕਰਨਾ ਜੋ ਪਰਮੇਸ਼ਰ ਆਤਮਾ ਕਹਿੰਦਾ ਕਿੰਨਿਆਂ ਨੇ ਸਮਝਦੇ ਇਸ ਗੱਲ ਨੂੰ ਕੰਮ ਕਰੋ ਚੇਅਰ ਲੈ ਜਾਓ ਉਹਨਾਂ ਨੂੰ ਬਾਅਦ ਚੇਅਰ ਦੇ ਦਿਓ ਆਈ ਥਿੰਕ ਉਹ ਨੋਇਸ ਕਰਕੇ ਬਾਹਰ ਚਲ ਗਿਆ ਇੱਕ ਚੇਅਰ ਲੈ ਲਓ ਚੇਅਰ ਦੇ ਦਿਓ ਉਹਨਾਂ ਨੂੰ ਆਪਾਂ ਇੱਕ ਵਚਨ ਪੜ੍ਹੋਗੇ ਮੇਰੇ ਨਾਲ ਰੋਮਨਸ ਚੈਪਟਰ ਨੰਬਰ 8 ਵਰਸ ਨੰਬਰ 12 ਐਂਡ 13 ਰੋਮੀਆ 8 ਦੀ ਆਇਤ 12 ਤੇ 13 ਹਾਂਜੀ ਓਕੇ ਆਮੇਨ ਬ੍ਰਦਰ ਪੜ੍ਹਿਓ ਮਾੜਾ ਜਿਹਾ ਹਿੰਦੀ ਦੇ ਵਿੱਚ ਇੱਕ ਵਾਰ ਇਸ ਲਈ ਹੈ ਭਾਈਓ ਹਾਂਜੀ ਹਮ ਸਰੀਰ ਕੇ ਕਰਜ਼ਦਾਰ ਨਹੀਂ ਕਿ ਸਰੀਰ ਕੇ ਅਨੁਸਾਰ ਦਿਨ ਕਾਟੇ ਓਕੇ ਕਿਉਂਕਿ ਯਦੀ ਤੁਮ ਸਰੀਰ ਕੇ ਅਨੁਸਾਰ ਦਿਨ ਕਾਟੋਗੇ ਤੋ ਤੁਮ ਮਰੋਗੇ ਯਦੀ ਆਤਮਾ ਸੇ ਦੇਹ ਕੀ ਕ੍ਰਿਆਓਂ ਕੋ ਮਾਰੋਗੇ ਤੋ ਤੁਮ ਜੀਵਿਤ ਰਹੋਗੇ ਆਮੇਨ ਕੀ ਸਿੱਖਿਆ ਦੇ ਵਿੱਚੋਂ ਅਗਰ ਸਰੀਰ ਦੇ ਅਨੁਸਾਰ ਚੱਲੂਗੇ ਤੇ ਫਿਰ ਕੀ ਹੋਵੋਗੇ ਮਰੂਗੇ ਪਰ ਮਰਨ ਇਹਦਾ ਮਤਲਬ ਇਹ ਨਹੀਂ ਕਿ ਆਤਮਾ ਦੁਆਰਾ ਚੱਲੋਗੇ ਕਿ ਤੁਸੀਂ ਫਿਜ਼ੀਕਲੀ ਇਸ ਸਰੀਰ 'ਚੋਂ ਮਰਨਾ ਨਹੀਂ ਹੈਂ ਕਿਹੜਾ ਮਾਈਕ ਹਿੱਲ ਰਿਹਾ ਕੋਈ ਵੀ ਮਾਈਕ ਨਾ ਹਿਲਾਓ ਹੁਣ ਅਗਰ ਤੁਸੀਂ ਕਹਿੰਦੇ ਤੁਸੀਂ ਹੋਲੀ ਸਪਿਰਿਟ ਵਿੱਚ ਚੱਲਦੇ ਹਾਂ ਉਹਦੇ ਦੁਆਰਾ ਗੱਲ ਕਰਦੇ ਹਾਂ ਉਹ 'ਚ ਚੱਲਦੇ ਹਾਂ ਅਤੇ ਉਹਦੇ ਦੁਆਰਾ ਗੱਲ ਕਰਦੇ ਹਾਂ ਫਿਰ ਜਦੋਂ ਜ਼ਿੰਦਗੀ 'ਚ ਗਲਤੀਆਂ ਹੁੰਦੀਆਂ ਫਿਰ ਕਿਹਨੇ ਕਰਾਏ ਕਿਹਨੇ ਕੀਤੀਆਂ ਉਹ ਹੋਲੀ ਸਪਿਰਿਟ ਨੇ ਕਰਾਈਆਂ ਕਿਹਨੇ ਕੀਤੀਆਂ ਫਿਰ ਵਿਚ ਮੀਨਸ ਤੁਸੀਂ ਹਰ ਟਾਈਮ ਹੋਲੀ ਸਪਿਰਿਟ ਚੱਲ ਨਹੀਂ ਰਹੇ ਫਿਰ ਤੁਸੀਂ ਉਨੀ ਦੇਰ ਚੱਲੇ ਜਿੰਨੀ ਦੇਰ ਮਤਲਬ ਸੀ ਓਕੇ ਹੁਣ ਮੈਨੂੰ ਕਿਸੇ ਦਾ ਫੋਨ ਆਉਣਾ ਅੱਧੇ ਘੰਟੇ ਬਾਅਦ ਮੈਂ ਗੋਡਿਆਂ 'ਤੇ ਪ੍ਰੇਅਰ ਕਰ ਰਿਹਾ ਪਾਵਾਂ ਮੈਂ ਕਿਹਾ ਥੱਕ ਗਿਆ ਉਹਨੇ ਥੱਲੇ ਆਉਣੀਆਂ ਕਿਉਂਕਿ ਮੈਨੂੰ ਕਿਸੇ ਦਾ ਫੋਨ ਆਉਣਾ ਮੈਂ ਭਰਨਾ ਮੈਂ ਪ੍ਰੇਅਰ ਕਰਨੀ
जेडे बंदे नूं पता कि वह कोई सेवा नहीं करता ना उन्हें कोई काम करना, वह कहता जावांगे बह के आ जाएंगे साढ़े कड़ा सिर ते कोई भार आ, आपां कड़ा किसे लई दुआ करनी है, अपने ते कड़ी रिस्पोंसिबिलिटी आ। हां इस करके आपां इंसान होने के नाते उन्नी देर तक समझ रहे ना, उन्नी देर तक करते हो चीज़ा जिनी देर सानू लगता सानू मतलब आ। इत्थे कोई भी इंसान नहीं है जिहड़ा मैनू आण के कह दे मैं हर टाइम होली स्पिरिट में चल रहा तो वो द्वारा गल कर रहा। अगर तुम मेरे को कहोगे आई कैन टैल यू यू आर लाइंग, फिर फस जाने फिर रब्बा कढ़ लै रब ने तो नहीं फसाया, कहिंदा तैनू इदां दा फ्रेंड मिलिया जिहड़ा तेरे नाल किन्नी देर रहूगा, पाँच दिन, जिस दिन तुम आए सिर्फ उस दिन, क्योंकि उन्हें उस दिन तुहानू मतलब सी तुसीं अज आ गए चर्च, है नहीं एक साल, एक साल, एक साल दी है कॉन्ट्रैक्ट मिलिया अंत तक, है अंत तक, किन्ने तक अंत तक। मैं एक गल सुन रहा ही स्पिरिट वालों, परमेश्वर कहता प्रे प्रे प्रे, उन्नी देर तक प्रेयर ना कर जिन्नी देर तक तू आंसर रिसीव करें, पर अंत तक कर। प्रे 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 नॉट अंटिल यू रिसीव योर आंसर बट अंटिल द एंड। पर आप प्रेयर किन्नी देर तक करनी, जिन्नी देर तक मैनू मतलब है। मैं होलीनेस किन्नी देर तक लेना, जिन्नी देर मैनू मतलब है। द डे आई लैफ्ट द चर्च मैनू कोई मतलब नहीं, हूँ मैं अद्धा घंटा प्रेयर कर लूँ पांच मिनट कर लूँ कोई फर्क नहीं पैंदा, मैं कड़ा किसी ते हाथ रखना, लग रही गल कि नहीं है। कहिंदे लूण उत्थे लगदा जिद्दे जख्म होवे, अगर लग रहा ना समझ आओ फिर की साइन आ कि तुसी होली स्पिरिट चल रहे हो, वट कोई साइन दसो तुसी होली स्पिरिट चल रहे हो, गिव मी एनी साइन। कुछ भी स्टेप लैन तो पहला आपां देखदे हां कि वो बाइबल दे विच वचन नाल मैच कर रहा, फिर तुसी होली स्पिरिट नाल चल रहे। ओके होर कोई साडी एक्शंस, साडी एक्शंस, ओके हाँ जी डर, ओके होर कोई प्यार, सारे इधरों बोली जाते इधरों भी कोई बोल पो दसो कुछ भी दस दो सच्चाई, ओके होर हाँ जी झूठ का सहारा नहीं लेना, होर भी कोई बोले हाँ जी दूसरे दुख को समझना, वेरी गुड। सो कदों असं होली स्पिरिट चल रहे हैं जदों असी वो सब चीज़ा कर रहे हैं जिड़िया उन्हें सानू करन नू की क्या उन्हें करन नू फिर है, जो मैनू गुस्सा आया मैनू सारा कुछ भुल गया उन्हें मैनू की करन नू क्या हुण मैं ते मेरा गुस्सा दैट्स इट है। कहिंदा वो लड़ पे लड़ाई हो गई, कहिंदा बेचना ही मैनू लड़ना दे कल्ले नू, आकड़ दा कौन हुंदा जिहड़ा मरदा हुंदा जिहड़ा मरिया हुंदा, अगर आकड़ दे फिर देना मरे पए आ तुसीं, फिर जिहड़ा हंबल है वह जीउंदा है। कहिंदा जीसस बीइंग गॉड रब होने के नाते कहिंदा उन्हें अपने आपनू हंबल किया एक नौकर दे वांग किया, अगर तुसीं नौकर दे वांग बनने तैयार नहीं ना तुसीं रब दे फिर अले बने ही नहीं गए चेले, तुहाडे अंदर दा कैरेक्टर है ही नहीं गा फिर अले, समझ रहे कि नहीं, राइट मेक सेंस। अगर मैं वो कर रहा जो मैंने उन्हें करन नू कहा ता ही एक गारंटी है ता ही पता लगता कि मैं होली स्पिरिट में चल रहा। एक कहना ब्रदर अभी तुसीं आ मड़िया तुसीं आ, एक बहुत चीज़ दसदा किसी तो ब्लैक कलर का कुछ हैगा, हाँ जी लिया क्या उदा तो मेरा जोर लगता हिलान। ओके हूँ एक चीज मैं दस लगा, माइक कित्थे तुहाडा पिछे करदा चको चको जल्दी, कोई गल नहीं मैं घुंड कढ़िया, चलो भाजी विराट एक मिनट पहला मैं दसदा इत्थे की हो रहा, विराट भाजी एक बिलीवर आ ठीक है, हुण तुहाडी रिएक्शन देखनी आपां, मैनू घुंड नहीं कढ़ना, चलो भाजी ओए तू नट ला क्यों आ तू नट ला क्यों रहे ना, उस वेले कहिंदा शैतान आया विराट मार मारन दबका
पर होली स्पिरिट आया, नहीं विराट इदा नहीं करना, तेन मैं ये नहीं सिखाया। हाँ जी कंटिन्यू रखो, तुम ओए तू काम नहीं करदा, पूरे किचन च खलारा पिया रहिंदा, तू कोई सफाई नहीं करदा। विराट विराट चक डंबल सिर पाड़ दे। नहीं 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 नहीं, तेन मैं नहीं सिखाया, तेन मैं ये सिखाया कि तू प्यार करना, क्योंकि प्यार करना उदों बहुत सौखा आ जो सारे प्यार करते आ, उदों बहुत औखा जो तुहाडे हाण दा तुहानू आण के यह कवे कि तू भांडे नहीं मांजन दिया। सारा दिन जिम च बड़िया रहना, घर का काम भी कर लिया कर, कोई काम नहीं कोई कार नहीं तेनू। विराट अज ज्यादा सैप लाई, बाईसैप ट्राईसैप चक दी अज फटे। ना 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 ना, तू लड़न लई नहीं सिख रहा, तू अपनी बॉडी नू बैलेंस कर लियो चीज़ा कर रहा, ये झूठ आ, ये काम नहीं करना। इत्थे रुकियो एक मिनट, होली स्पिरिट की कह रहा, चंगा काम, पर मैनू तो होली स्पिरिट की सुन नहीं दी, क्योंकि मैनू पता नहीं वो किदां बोलता। अगर एक बच्चे नू कुछ पल दे लई जां जदों माँ दे पेट च हुंदा ना, जदों माँ गल करदी उहनू दी वाइब्रेशन आती, एंड उस तों बाद जो बच्चा जम्मदा उहनू दे माँ दे विच हथ हथां च रख दो, जदों बच्चा ज़्यादा देर किसी हथांत रहा उन्होंने जान पछाण हो जाती। द मोमेंट तुम उस बच्चे कट के किसी फड़ाओगे उन्हें कहना मैं किसी होर हथा चल गया, उन्हें रोन लग पैना। इस करके जो एक बंदा दबके मारन दिया, शैतान कहता नफरत दे रहा, मार मारे दबका है यदा सिर पाड़, पर होली स्पिरिट की कह रहा, पुत मैं तेन ये नहीं सिखाया, मैं तेन की सिखाया, मैं तेन प्यार करना सिखाया। वो प्यार कर उदों भी जो तेनू सारे नफरत कर दे, प्यार करो उदों भी वो तो नफरत कर दे। हालेलुया, मेरा भी दिल करता मैं व्हाट्सएप आके स्टेटस पा के गल्ला लावां किसी नू, पर मैं किसी की सिंपथी नहीं लभ रहा, मेरे नाल मेरा खुदा खड़ा, दैट्स ऑल मैटर्स। हालेलुया, पर नहीं नहीं नहीं, अज मैं बहुत सैड हो रहा, गॉड यू आर माई ओनली स्ट्रेंथ। अज एक्सपोज हो रहे कुछ बंदे, गॉड यू आर माई ओनली स्ट्रेंथ, क्यों? बिकॉज मैं चाहना कोई मैनू मैसेज करे, ब्रदर असी तेरे नाल आ, जा आमीन लिख दो, हालेलुया। चर्च च कभी हालेलुया बोलिया नहीं, मैसेज च हालेलुया है। कई लोग तो आमीन नू कॉपी कर करके ना 100 बारी आमीन लिखा होंदा, एडा वड्डा चैप्टर पर्सनल प्रेज भावे 10 बारी आमीन ना गया होए, समझ रहे हैं? होली स्पिरिट च चलना उदों जरूरी आ, उदों भी जरूरी आ, हर टाइम जरूरी आ। जो मैं नफरत आ रही कहिंदा तुसी डिसाइड कर दिया तुसी की करना, ताड़ी बॉडी ते किहदा अधिकार आ, किहदा अधिकार आ, किहदा अधिकार आ है? पर परमेश्वर नूं अधिकार उदों ही दिंदे जो सानूं ना मतलब हुंदा है। 5 दिन हो गए मैं संडे चर्च नहीं गया, 6वें दिन ओ यार गड्डी खराब हो गई, पंगा पै, अज जाना ही पैना, चल गए चर्च, अज गोडे डेगे, प्रभु जी मेरी गड्डी ठीक कर दो, गड्डी ठीक होगी अगले संडे, हुण नहीं मुड़दे असी, हुण नहीं मुड़दे है, क्यों? क्योंकि जो मतलब सी उदों मैं भज भज के आया, द मूवमेंट मेरा मतलब पूरा हो गया, मैं भज गया। पॉलस एक जगह लिखता कहिंदा सारे मतलब दे यार आ, ना कि यीशु मसीह दे, जिहड़े पंजाबी दी बाइबल पढ़दे उत्थे लिखिया कहिंदा सारे मतलब दे यार आ, ना कि यीशु मसीह दे। अगर तुसी उदों ही आ रहे हैं जो तुहानू मतलब आ, तुसी मतलब दे आ रहे हो, ना कि यीशु मसीह दे। अगर तुहानू दबके वजदे मैं होली स्पिरिट दे विच हर टाइम चलना, कहिंदा अगर तुसी शरीर दे द्वारा चलूंगे तो की आऊगा? मौत आऊगी। केड़ी मौत आऊगी? है जिहड़ी अटरनल डैथ आ, शरीर दे हर एक ने छड़ना, पर कहिंदे जो तुसी रूह दे विच चलूंगे, उस आयत नू द्वारा पढ़ियो, थैंक यू, जा सकदे तुसी द्वारा जाके आयत नू पढ़ियो, थैंक यू। 13 नंबर आयत, रोमन्स चैप्टर 8 वर्स नंबर 13। ओके अगर तुसी आत्मा द्वारा शरीरक किनू मार दे, शरीरक कमां नू, शरीरक जड़ियां फीलिंग्स आंदियां हैं, हुण मेरे अंदर फीलिंग आई, यू नो कहिंदा पर ओ कहिंदा उहड़े मेल मिलाप कांदे ना वो रब दे पुत कहलाउणगे, पर आज दी डेट च मेल मिलाप कोई नहीं करा रहा है। अगर मैनू ये बंदा पसंद नहीं ना, मैं पंजा नू होर दसूंगा इहदियां वीकनेसेस, ताकि उन्हां नू भी ये ना पसंद आवे,
यह शरीरक कामनावां आ, यह शरीरक चीज़ा आ कि बस मैनू ना जो मैनू पसंद आ तैनू उही पसंद होना चाहिए। अगर तुसी तू मेरी निगाह च रड़कदा ना पुत्रा, जिहड़े मेरे पांच साथी आ तू उहनां दी निगाह च रड़कूंगा हुण तू, क्यों? क्योंकि तैनू कि मैनू तैनू मेरे नाल मैनू तेरे नाल नफरत है। शरीरक कामां दे ध्यान नहीं देना। एक होर साइन मैं दसदा, जदों वर्ड दे विच होली स्पिरिट चलदे हुंदे, जदों असीं वचन पढ़दे हां तां सानूं वचन याद आंदा, जदों कुछ करन लगे वचन याद आया, पर आपां इग्नोर करता, अपनी मर्जी कीती, फिर जदों फस जाने ना फिर अगे पिछे देखदे। दोबारा पढ़ियो ब्रदर, अभी 13 नंबर आयत नूं पढ़ियो। क्योंकि यदि हम शरीर के अनुसार दिन काटेंगे तो मरेंगे, ओके, यदि आत्मा से देह की क्रियाओं को मारेंगे तो जीवित रहेंगे। आत्मा दे द्वारा देह दे कम्मां नूं मारांगे। किहदे द्वारा मरना? किहदे द्वारा मरना? किहदे द्वारा? आत्मा दे कम्मां दे। 11 नंबर आयत पढ़ियो द्वारा पिछे जाके। यदि उसी का आत्मा, हाँ, जिसने यीशु मसीह को मरे हुओं में से जिलाया, हाँ, तुम में बसा हुआ है, ओके, तो जिसने मसीह को मरे हुओं में से जिलाया, ओके, वह तुम्हारी नश्वर देहों को भी अपने आत्मा के द्वारा जो तुम में बसा हुआ है जिलाएगा। केड़ा आत्मा दी गल कर रहा? होली स्पिरिट दी। 11 नंबर च लिखा वह आत्मा जिन्हें यीशु मसीह नूं मुर्दियां जवाड़िया किथे आ? तुहाडे। 13 नंबर च लिखा अगर आत्मा दे द्वारा चलूंगे शरीरक कम्मां दे उत्ते पैर रख के उत्तों दी लंघ जाऊंगे उन्हां दा तुहाडे ते कोई कब्जा नहीं होगा यीशु मसीह दे नाम दे विच। आमेन। हालेलुया। हालेलुया। समझ रहे हैं? पक्की गल आ। हाँ, किहदे द्वारा चलना? किहदे द्वारा? किहदे द्वारा? वॉकिंग एंड टॉकिंग इन इन स्पिरिट। आमेन। जदों ही वचन याद रखते हैं कि इतने आ लिखिया मैनू गुस्सा चढ़िया पर मैं गुस्से नू काबू नहीं अपने ते पा देना। एक मैन ऑफ गॉड आ रोडनी करके उन्हों का नाम आ, कहिंदे जदों उन्होंने मीटिंग करनी कहिंदे लोगों ने कोई रोन दिया, कोई हसण दिया, कोई तो बेहोशी हो गया, 10 मिनट हो गए उठा ही नहीं। वह तो कहिंदे मैं परमेश्वर नू कहा कि प्रभु हाथ जोड़े तेरे मोहरे, तू मेरा काम ना खराब करया कर। कहिंदे परमेश्वर ने कहा अगर मैं इनवॉल्वमेंट ना करा तू अपना काम आप ही खराब करना पाया। आड़े 5-7 लोग आते ना, इन्होंने भी नहीं आना, क्यों? क्योंकि तू अपनी इच्छा के अनुसार चलना चाहना। पर कहिंदे जदों मैं टेक ओवर करदा जिहड़ा रोंदा रोण दियो, जिहड़ा हसदा हसण दियो, जिहड़ा लिटदा लिटण दियो, लैट मी डू माई वर्क। हालेलुया। यू नो कोई डिग पिया सानू तो गुस्सा उत्ते किदा डिग सकता? यू नो असी इंसान केड़ी चीज़ की नफरत करते हैं जिहड़ी चीज़ नूं असी एक्सपीरियंस नहीं किया। अगर कोई प्रेयर करता ना हीलिंग की वह तो हीलिंग नहीं हो रही, वह कहता हीलिंगा नहीं होंदिया सारा कुछ या कहीं ने प्रेयर की मेरे को नहीं, मेरे कल नहीं सारा कुछ होंगे, वाए बिकॉज तो हाथों मेरे कल हो नहीं रहे, हीलिंग हो नहीं रही, फिर काम कितों होना? नफरत आप ही आनी। फिर वो डिग पिया क्योंकि तुझे उन्होंने एक्सपीरियंस नहीं किया। कभी कोई ऐसा इंसान नहीं दुनिया से जड़ा कवे मैं डिग नहीं सकता परमेश्वर की प्रेजेंस के द्वारा। कोई इदा का इंसान नहीं है। कहते एक मैन ऑफ गॉड के कोल एक बंदा आया, कहता हाँ भी अड़ा तुम यस्सू यस्सू करते हैं सारे बंद सुट दें, कहता मैं भी खड़ा हूं सुट्टी मैनू, कहता ओके इस दिन आई तो मैं तेरे लिए प्रेयर करूँगा फिर देखते की होंगे। कहते उत्थे चल गया, कहते उन्हें उन्होंने कहा घुट के पैर दब ला, पैरों कुछ बनना तो बन भी लै, अपने आप की कोशिश कर ली अपने आप कि ना डिगे तू। कहते जो उन्हें प्रेयर करनी स्टार्ट की कहता एड्डी दूर जाके डिगा उन्होंने कोई होश ही नहीं, कितने पिया। कहते बाद च उठ के आया कहता देखा मैं डिगा नहीं, वो कहता पुत्रा तू तो बेहोश होया पिया 10 मिनटों तू, तेनू कहने क्या तू डिगा नहीं? जो परमेश्वर की प्रेजेंस आती है वो तुम नहीं सहार सकते। आई एम टेलिंग यू दिस। हालेलुया। किन्नियां ने समझ रहे हैं? जो तुम स्पिरिट दे विच चलते हैं वो इन्ना माइटी है ना, तुहानू पता जिहड़े एंजल्स आ जिहड़े जिहड़े दूत है बहुत माइटी, बहुत जबरदस्त, बहुत पावरफुल आ। क्यों भला? कोई दसना चाहूगा का तो? क्योंकि परमेश्वर दी ये कहें परमेश्वर की हजूरी रेंदे इस करके। होर कोई बोलूगा परमेश्वर की उस्तत करते? हाँ जी, ओके। होर तुहानू लगदा पहला आंसर दस्या मैं ओके एंजल्स इसलिए इन्ने माइटी होंगे बिकॉज वो हर वेले ओदी कित्थे रेंदे आ? प्रेजेंस रेंदे आ। अगर तुसी ओदी हर वेले प्रेजेंस रहो मैं तुहानू कह रहा तुसी पटाके पा दूंगे यीशु मसीह दे नाम दे विच। हालेलुया। वॉक एंड टॉक इन द होली स्पिरिट, कोई बंदा तुहाडे लागे खड़ नहीं पाऊगा यीशु मसीह दे नाम दे विच। किन्ने ने समझ रहे आ?
ਕਹਿੰਦਾ ਜਦੋਂ ਕੋਈ ਬੰਦਾ ਹੰਕਾਰ ਰਿਹਾ ਹੁੰਦਾ ਨਾ ਉਹਨੂੰ ਉਹਦਾ ਹੰਕਾਰ ਵੀ ਤੋੜਨ ਆਉਂਦਾ ਹੀ ਨੋਜ਼ ਵੱਟ ਟੂ ਡੂ ਐਂਡ ਹਾਊ ਟੂ ਡੂ ਉਹਨੂੰ ਨਾ ਤੁਸੀਂ ਦੱਸੋ ਉਹਨੂੰ ਸਾਰਾ ਹੀ ਪਤਾ ਇਹਨੂੰ ਅਸੀਂ ਪਹਿਲਾਂ ਤਾਂ ਇਨਸਾਨਾਂ ਦੀ ਉਮਰਾਂ ਹੁੰਦੀਆਂ ਸੀ 110 120 ਕੋਈ ਜੀ ਲਿਆ ਅੱਜ ਕੱਲ੍ਹ ਦੇ ਮੈਕਸੀਮਮ 80 90 ਚਲੋ ਕੋਈ ਤੱਕ 90 ਤੱਕ ਚਲ ਗਿਆ ਜਿਹੜੇ ਪੁਰਾਣੇ ਬਜ਼ੁਰਗ ਆ ਹੈ ਨਾ ਜਿਨ੍ਹਾਂ ਦੀ ਵਧੀਆ ਖੁਰਾਕਾਂ ਖਾਧੀਆਂ ਉਹ 100 ਤੱਕ ਵੀ ਚਲ ਗਏ ਚਲੋ ਪਰ ਅੱਜ ਕੱਲ੍ਹ ਇੰਨੀ ਛੋਟੀ ਉਮਰ ਹੈ ਅਬਰਾਹਮ ਹੁਣੀ 900 ਸਾਲ ਜੀਏ ਆ ਮੈਂ 90 ਸਾਲ ਵੀ ਨਹੀਂ ਜੀਆਂ ਅਤੇ ਮਤਲਬ ਮੈਂ ਅਬਰਾਹਮ ਦਾ 10% ਵੀ ਨਹੀਂ ਚੱਖਿਆ ਜੋ ਉਹਨੇ 900 ਸਾਲਾਂ 'ਚ ਪਰਮੇਸ਼ਰ ਨੂੰ ਚੱਖਿਆ 90% ਮੈਂ ਪਰਮੇਸ਼ਰ ਦੇ 10% ਨੂੰ ਵੀ ਨਹੀਂ ਚੱਖਿਆ ਅਤੇ ਮੈਨੂੰ ਇੰਨਾ ਹੰਕਾਰ ਆ ਕਿ ਮੈਂ ਕਹਿੰਦਾ ਕਿ ਤੂੰ ਪਰਾਂ ਵਜਾ ਮੇਰੇ ਤੋਂ ਸਮਝ ਰਹੇ ਮੈਂ ਤਾਂ ਥੋੜ੍ਹਾ ਜਿਹਾ ਵੀ ਨਹੀਂ ਚੱਖਿਆ ਉਹਨੂੰ ਅੱਜ ਕੱਲ੍ਹ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸਾਡੇ ਉੱਥੇ ਭਲੱਥ ਵਿੱਚ ਇੱਕ ਬਹੁਤ ਯੰਗ ਕੁੜੀ ਉਹਦੀ 25 ਸਾਲ ਦੀ ਸੀ 26 ਸਾਲ ਦੀ ਉਹਦੀ ਡੈਥ ਹੋ ਗਈ ਯੂ ਨੋ ਮੈਂ ਗੱਲ ਕਰ ਰਿਹਾ 80 ਸਾਲ ਦੀ ਲੋਕ 25 ਤੱਕ ਵੀ ਆ ਗਏ 25, 26, 30 ਤੱਕ ਯੂ ਨੋ ਪੀਪਲ ਡਾਏ ਵਾਏ ਬਿਕੋਜ਼ ਜ਼ਿੰਦਗੀ ਦੇ ਵਿੱਚ ਯੂ ਨੋ ਇੱਕ ਮੈਂ ਤੁਹਾਨੂੰ ਚੀਜ਼ ਦੱਸਦਾ ਜਦੋਂ ਤੁਹਾਡੀ ਜ਼ਿੰਦਗੀ 'ਚ ਪਰਮੇਸ਼ਰ ਹੈ ਨਾ ਉਹਦੇ ਦੂਤ ਹੈ ਤੁਸੀਂ ਪ੍ਰੋਟੈਕਟਡ ਰਹਿੰਦੇ ਐਕਸੀਡੈਂਟ ਹੋ ਗਿਆ ਚਲੋ ਫੋਰ ਐਗਜ਼ਾਮਪਲ ਹੋ ਗਿਆ ਤੁਸੀਂ ਮਰੋਂਗੇ ਨਹੀਂ ਤੁਸੀਂ ਬੇਮੌਤ ਨਹੀਂ ਮਰ ਯੂ ਨੋ ਕਹਿੰਦਾ ਨਾ ਕਿ ਕਿਹੜੀ ਮੌਤ ਗਤੀ ਨਹੀਂ ਹੋਈ ਇੱਕ ਵਰਡ ਯੂਜ਼ ਕਰਦੇ ਹੁੰਦੇ ਨਾ ਇਹਦੀ ਗਤੀ ਨਹੀਂ ਹੋਈ ਇਹ ਪਹਿਲਾਂ ਮਰ ਗਿਆ ਮੌਤ ਤੋਂ ਤੁਸੀਂ ਉਹ ਮੌਤ ਕਦੀ ਨਹੀਂ ਮਰੋਗੇ ਤੁਸੀਂ ਪੂਰੀ ਜ਼ਿੰਦਗੀ ਭੋਗ ਕੇ ਜਾਓਗੇ ਇਸ ਧਰਤੀ ਤੋਂ ਓ ਆਈ ਡਿਡ ਆਈ ਸੇ ਇਟ ਅਗੇਨ ਤੁਸੀਂ ਪੂਰੀ ਉਮਰ ਭੋਗ ਕੇ ਸਾਰੀਆਂ ਬਲੈਸਿੰਗ ਇੰਜੋਏ ਕਰਕੇ ਪੋਤਿਆਂ ਪੋਤਰੀਆਂ ਦੇ ਵਿਆਹ ਦੇ ਕੇ ਐਵਰੀਥਿੰਗ ਆਮੇਨ ਹਾਲੇਲੂਇਆ ਹਾਲੇਲੂਇਆ ਅੱਜ ਉੱਚੀ ਉੱਚੀ ਆਮਨ ਕਹਿਤਾ ਦਹਾਂ ਕੇ ਦਿਨਾਂ ਬਾਅਦ ਐਡਾ ਸਿਰ ਦੁਖਿਆ ਐਮਰਜੈਂਸੀ 'ਚ ਲੈ ਗਏ ਉਹ ਬਸ ਮੈਨੂੰ ਲੱਗਦਾ ਮੈਂ ਗਿਆ ਦੋਵਾਂ ਦਿਨਾਂ 'ਚ ਯਾਦ ਰੱਖੋ ਕੀ ਬੋਲਦੇ ਆ ਤੁਸੀਂ ਇੱਥੇ ਹੈਂ ਅਗਰ ਨਹੀਂ ਯਾਦ ਨਾ ਰਿਕੋਰਡਿੰਗ ਹੁੰਦੀ ਹੈ ਸਾਰਾ ਕੁਛ ਇੱਕ ਬੰਦਾ ਮੈਨੂੰ ਚਾਹੀਦਾ ਜਿਹੜਾ ਬੰਦਾ ਬਸ ਰਿਕੋਰਡਿੰਗਾਂ ਕੱਢ ਕੇ ਉਹਨੂੰ ਭੇਜ ਦਿਆ ਕਰੇ ਅਗਰ ਕੋਈ ਬੰਦਾ ਕਹਿੰਦਾ ਹਾਏ ਮੈਨੂੰ ਇੱਦਾਂ ਹੋ ਗਿਆ ਰਿਕੋਰਡਿੰਗ ਭੇਜਦਾ ਪੁੱਤਾ ਉੱਥੇ ਤੂੰ ਹੱਥ ਕੱਢ ਕਰਿਆ ਉੱਚੀ ਉੱਚੀ ਆਮੀ ਨੂੰ ਕਹਿੰਦੇ ਆਈ ਹੁਣ ਤੈਨੂੰ ਕੀ ਹੋਇਆ ਸਮਝ ਰਹੇ ਹਾਂ ਵਾਕ ਐਂਡ ਟਾਕ ਇਨ ਦਾ ਹੋਲੀ ਸਪਿਰਿਟ ਤੁਸੀਂ ਕਦੀ ਵੀ ਨਿਰਾਸ਼ ਨਹੀਂ ਹੋਵੋਗੇ ਆਮੀਨ ਬ੍ਰਦਰ ਇੱਕ ਹੋਰ ਵਚਨ ਪੜ੍ਹਿਓ ਮੇਰੇ ਨਾਲ ਜਲਦੀ ਆਪਾਂ ਕਲੋਜ਼ ਕਰਨ ਵਾਲੇ ਹਾਂ ਰੋਮਨਸ ਚੈਪਟਰ 12 ਵਰਸ ਨੰਬਰ 21 ਰੋਮੀਆਂ 12 ਦੀ 21 ਨੰਬਰ ਆਇਤ ਬੁਰਾਈ ਸੇ ਨਾ ਹਾਰੋ ਅੱਛਾ ਪਰੰਤੂ ਭਲਾਈ ਸੇ ਬੁਰਾਈ ਕੋ ਜੀਤ ਲੋ ਇੱਕ ਮਿੰਟ ਮਿੰਟ ਨਹੀਂ ਨਹੀਂ ਬੁਰਾਈ ਸੇ ਨਾ ਹਾਰੋ ਪਰ ਕੀ ਬੁਰਾਈ ਕਰਕੇ ਬੁਰਾਈ ਵਿੱਚ ਵੜ ਜਾਓ ਹੈ ਉਹ ਕਹਿੰਦਾ ਕਹਿੰਦਾ ਇੱਧਰ ਆਓ ਮਾੜਾ ਇੱਥੇ ਬੈਠੋ ਮਾੜਾ ਮੇਰੇ ਨਾਲ ਬਹਿ ਲਓ ਬਹਿ ਲਓ ਕਹਿੰਦਾ ਕਿੱਦਾਂ ਫਿਰ ਤੂੰ ਠੀਕ ਠਾਕ ਆ ਕਹਿੰਦਾ ਹਾਂ ਵਧੀਆ ਕਹਿੰਦਾ ਪੈਗ ਹੀ ਲਾ ਲੈਂਦੇ ਇੱਕ ਉਹ ਕਹਿੰਦਾ ਬਸ ਮੈਂ ਪੈਗ ਲਾਣੇ ਛੱਡਦੇ ਆ ਕਾਹਤੋਂ ਛੱਡੇ ਆ ਕਿਉਂਕਿ ਮੈਂ ਚਰਚ ਜਾਂਦਾ ਚਰਚ ਜਾਂਦਾ ਯਿਸੂ ਮਸੀਹ ਨੂੰ ਮੰਨਦਾ ਕਹਿੰਦਾ ਨਾ ਦੋ ਕੁ ਵਾਰੀ ਉਹਨੇ ਕਨਵਿੰਸ ਕੀਤਾ ਯਾਰ ਕੋਈ ਗੱਲ ਨਹੀਂ ਇੱਕ ਲਾਲ ਹੈ ਮਾਫ਼ੀ ਮੰਗ ਲਈ ਯਿਸੂ ਮਸੀਹ ਤਾਂ ਮਾਫ਼ ਕਰ ਦਿੰਦਾ ਬਹੁਤ ਸਾਰੇ ਲੋਕ ਸੋਚਦੇ ਆ ਗੁਨਾਹ ਕਰ ਲਓ ਪ੍ਰਭੂ ਜੀ ਮੁੜ ਕੇ ਮਾਫ਼ੀ ਮੰਗ ਲੂੰ ਮੈਂ ਇੱਕ ਵਾਰੀ ਝੂਠ ਬੋਲ ਲੈਂਦੇ ਮੁੜ ਕੇ ਮਾਫ਼ੀ ਮੰਗ ਲੂੰ ਅੱਛਾ ਚੱਲ ਇੱਕ ਹੀ ਲਾਲਾ ਨਹੀਂ ਯਾਰ ਮੈਂ ਤੌਬਾ ਕਰ ਲਈ ਹੁਣ ਤੌਬਾ ਕਰ ਲਈ ਯਾਰ ਚਲੋ ਮੈਂ ਤੁਹਾਡੀ ਐਗਜ਼ਾਮਪਲ ਹੀ ਲੈਂਦਾ ਅਗਰ 4-5 ਵਾਰੀ ਉਹਨੇ ਹੋਰ ਕੀਤਾ ਨਾ ਅੰਦਰੋਂ ਆਉਂਦੀ 3-4 ਵਾਰੀ ਹੋਰ ਕਹਿ ਮਾੜਾ ਯਾਰ ਮੇਰਾ ਮਾੜਾ ਦਿਲ ਕਰ ਰਿਹਾ ਹੈ ਜ਼ਿਆਦਾ ਹੱਸ ਆਇਆ ਇੱਧਰ ਲੱਗਦਾ ਐਕਸਪੀਰੀਅੰਸ ਕੀਤਾ ਲੱਗਦਾ ਸਾਨੂੰ ਤੁਸੀਂ ਆਓ ਮਾੜਾ ਯਾਰ ਭਾਜੀ ਜਾਓ ਯਾਰ ਤੁਸੀਂ ਆਓ ਹੈ ਜਦੋਂ 4 ਵਾਰੀ ਕਨਵਿੰਸ ਕੀਤਾ ਫਿਰ ਕੀ ਹੋਇਆ ਮਾੜਾ ਦਿਲ ਓ ਮਾਈ ਗੋਡ ਮਾੜਾ ਪਾ ਹੀ ਦਈਏ ਹੈ ਇੱਕ ਪਾਇਆ ਫਿਰ ਕੀ ਹੋਇਆ ਚੱਲ ਪਾ ਹੀ ਦੇ ਐਕਸਪੀਰੀਅੰਸਡ ਬੰਦੇ ਮਤਲਬ ਕੀ ਹੈ ਚਲੋ ਹਾਸਾ ਇੱਕ ਸਾਈਡ 'ਤੇ ਇੱਥੇ ਹੋ ਕੀ ਰਿਹਾ ਕਿ ਮੈਨੂੰ ਕੋਈ 4-5 ਵਾਰੀ ਕਵੇ ਸਹੀ ਮੈਂ ਤੇਰੇ ਨਾਲ ਹੀ ਹਾਂ ਹੈ ਮੁੜ ਕੇ ਬਹਿ ਗਏ ਉਹਨੇ ਫਿਰ ਕਹਿਣਾ ਓ ਯਾਰ ਸਾਰੇ ਪਵਿੱਤਰਤਾ ਹੀ ਕਰਦੇ ਰਹਿੰਦੇ ਆ ਉਹ ਕੋਈ ਗੱਲ ਨਹੀਂ ਅੱਜ ਮਾਫ਼ੀ ਮੰਗ ਲਾਂਗੇ ਰਾਤ ਨੂੰ ਗੋਡਿਆਂ 'ਤੇ ਹੋ ਗਏ ਹੈ ਉਹ ਸੰਡੇ ਚਰਚ ਆਉਣਾ ਮੈਂ ਉੱਚੀ ਉੱਚੀ ਰੋਲੂੰਗਾ ਪ੍ਰਭੂ ਦੇ ਮੋਹਰੇ ਪ੍ਰਭੂ ਮਾਫ਼ ਕਰ ਦੂੰਗਾ ਹੈਂ ਕਹਿੰਦੇ ਥੈਂਕ ਯੂ ਬ੍ਰਦਰ ਕਹਿੰਦੇ ਪਰਮੇਸ਼ਰ ਨੂੰ ਜਦੋਂ ਵਾਰ ਵਾਰ ਗੁਨਾਹ ਕਰਦੇ ਹਾਂ ਫਿਰ ਕੀ ਕਰਦੇ ਹਾਂ ਉਹਨੂੰ ਸੂਲੀ 'ਤੇ ਚੜ੍ਹਾਉਂਦੇ ਹਾਂ ਅਗਰ ਕੋਈ ਬੰਦਾ ਹਾਲੇ ਵੀ ਪਾਪ ਕਰ ਰਿਹਾ ਆਈ ਵਾਂਟ ਟੈਲ ਯੂ ਦਿਸ ਉਹ ਚੰਗੀ ਤਰ੍ਹਾਂ ਜਨਮਿਆ ਹੀ ਨਹੀਂ ਹਾਲੇ ਮੈਨੂੰ ਇੱਕ ਮੌਕਾ ਚਾਹੀਦਾ
ਕਹਿੰਦਾ ਬੁਰਿਆਈ ਦੇ ਬਦਲੇ ਬੁਰਿਆਈ ਕਰਕੇ ਬੁਰਿਆਈ ਦੇ ਵਿੱਚ ਵੜ ਜਾ। ਇੱਦਾਂ ਹੀ ਪੜਿਆ ਨਾ ਤੁਸੀਂ? ਤੁਹਾਡੀ ਬਾਈਬਲ 'ਚ ਗਲਤ ਲਿਖਿਆ ਯਾਰ, ਜਾਓ ਮੈਂ ਨਹੀਂ ਤੁਹਾਡੀ ਪੜ੍ਹਨੀ। ਚਲੋ ਦੁਬਾਰਾ ਪੜ੍ਹ, ਹਾਂਜੀ ਇੱਧਰ ਸੁਣਦੇ ਇਹਨਾਂ ਦੀ। ਹਾਂਜੀ ਓਕੇ, ਬੁਰਾਈ ਨੂੰ ਆਪਣੇ ਦੇ ਜੇਤੂ ਹੋਣ ਦੇ ਦਿਓ ਅਤੇ ਬੁਰਾਈ ਦੇ ਵਿੱਚ ਹੀ ਵੜ ਜਾਓ। ਓਕੇ ਇੱਧਰੋਂ ਪੜ੍ਹਦੇ ਹਾਂ ਕਿ ਇਹਦੀ। ਹਾਂਜੀ ਇੰਗਲਿਸ਼ ਪੜ੍ਹਿਓ ਤੁਸੀਂ, ਮਾੜਾ ਸ਼ਾਇਦ ਇੰਗਲਿਸ਼ ਗਲਤ ਲਿਖਿਆ, ਸਹੀ ਲਿਖਿਆ ਹੋਵੇ ਰੋਮਸ। ਓਕੇ ਓਕੇ ਓਕੇ, ਵੇਟ ਵੇਟ ਵੇਟ। ਡੂ ਨੋਟ ਬੀ ਓਵਰਕਮ ਐਂਡ ਕੌਂਕਰਡ ਬਾਏ ਇਵਿਲ, ਬਟ ਓਵਰਕਮ ਇਵਿਲ ਬਾਏ ਗੁੱਡ। ਡੂ ਨੋਟ ਓਵਰਕਮ ਕੌਂਕਰ ਇਵਿਲ ਇਵਿਲ ਇਵਿਲ। ਕਹਿੰਦਾ ਬੁਰਾਈ ਦੇ ਬਦਲੇ ਬੁਰਾਈ ਨਾ ਕਰ, ਪਲ ਭਲਾਈ ਕਰਕੇ ਉਹਨੂੰ ਜਿੱਤ ਲੈ। ਕਹਿਣ ਦਾ ਮਤਲਬ, ਅਗਰ ਤੁਹਾਡੇ ਅੰਦਰ ਭਲਾਈ ਹੈ, ਤੁਸੀਂ ਜ਼ਿਆਦਾ ਸਾਮਰਥੀਆਂ ਬੁਰਿਆਈ ਦੇ ਨਾਲ ਹੋ, ਬੁਰਿਆਈ ਭਲਾਈ ਨੂੰ ਹਮੇਸ਼ਾ ਜਿੱਤ ਲੈਂਦੀ ਹੈ। ਹਾਲੇਲੂਇਆ ਹਾਲੇਲੂਇਆ। ਮੈਨੂੰ ਇੱਕ ਵਾਰੀ ਟੀਮ ਨੇ ਆਣ ਕੇ ਦੱਸਿਆ, ਸਾਡੇ ਨਾਲ ਇੱਦਾਂ ਦਾ ਐਕਸਪੀਰੀਅੰਸ ਹੋਇਆ। ਮੈਂ ਕਿਹਾ ਅਗਲੀ ਵਾਰੀ ਗਿਫਟ ਲੈ ਕੇ ਜਾਇਓ, ਜਿਹੜੇ ਪਰਸਨ ਨੇ ਤੁਹਾਡੇ ਨਾਲ ਇੱਦਾਂ ਕੀਤਾ ਉਹਨੂੰ ਗਿਫਟ ਦਿਓ, ਕਿਉਂਕਿ ਭਲਾਈ ਬੁਰਿਆਈ ਨੂੰ ਜਿੱਤ ਲੈਂਦੀ ਹੈ। ਹਾਲੇਲੂਇਆ, ਠੋਕੋ ਤਾੜੀ ਯਿਸੂ ਮਸੀਹ ਲਈ ਫਿਰ। ਹਾਲੇਲੂਇਆ ਮਾਰੋ। ਜਿੱਦਾਂ ਦੀ ਤੁਹਾਡੀ ਫਾਊਂਡੇਸ਼ਨ ਹੈ ਨਾ, ਤੁਸੀਂ ਉੱਦਾਂ ਦੇ ਹੋਣਾ। ਐਂਡ ਸਾਰੀਆਂ ਚੀਜ਼ਾਂ ਦੀ ਫਾਊਂਡੇਸ਼ਨ ਕੀ ਹੈ? ਲਵ। ਅਗਰ ਤੁਹਾਡੇ ਅੰਦਰ ਲਵ ਹੈ, ਤੁਸੀਂ ਇੱਕ ਬਹੁਤ ਹਰੇ ਰੁੱਖ ਵਰਗੇ ਹੋਵੋਗੇ, ਤੁਹਾਡੇ ਫਲ ਵੀ ਲੱਗੇ ਹੋਵੋਗੇ, ਫਲ ਮਿੱਠੇ ਹੋਵੋਗੇ, ਲੋਕ ਆਣਗੇ ਚੱਖਣਗੇ, ਤੁਹਾਡੇ ਉੱਤੇ ਆਲਣਾ ਬਣਾਉਣਗੇ, ਬਿਕੋਜ਼ ਤੁਸੀਂ ਆਲਣਾ ਝੱਲਣ ਦੇ ਯੋਗ ਆ, ਤੁਹਾਡੇ ਅੰਦਰ ਪਿਆਰ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਿੰਨਿਆਂ ਨੇ ਸਮਝ ਰਹੇ ਹੋ? ਕਿੱਦਾਂ ਚੱਲਣਾ, ਕਿੱਦਾਂ ਚੱਲਣਾ? ਅਗਲੀ ਵਾਰ ਜਦੋਂ ਕਿਸੇ ਨੇ ਕੁਝ ਕਿਹਾ ਨਾ, ਡੰਬਲ ਗੱਡੀ 'ਚ ਰੱਖਿਓ ਇੱਕ, ਹੈਂ ਇੱਦਾਂ ਕਰਨਾ ਕੀ ਕਰਨਾ ਫਿਰ? ਸਪਿਰਿਟ ਨੂੰ ਸੁਣਨਾ, ਹੋਲੀ ਸਪਿਰਿਟ ਨੂੰ ਸੁਣਨਾ। ਹੋਲੀ ਸਪਿਰਿਟ ਤੁਹਾਨੂੰ ਚੰਗੀ ਸਿੱਖਿਆ ਦਿੰਦਾ, ਤੁਹਾਨੂੰ ਨਫ਼ਰਤ ਦੇ ਬਦਲੇ ਨਫ਼ਰਤ ਕਰਨ ਨੂੰ ਨਹੀਂ ਕਹਿੰਦਾ। ਭਲਾਈ ਕਰੋ ਅਤੇ ਨਫ਼ਰਤ ਨੂੰ ਜਿੱਤ ਲਓ, ਨਫ਼ਰਤ ਨੂੰ ਹਾਰ ਜਾਓ, ਬੁਰਿਆਈ ਨੂੰ ਹਾਰ ਜਾਓ। ਅਗਲੀ ਵਾਰੀ ਪੈਗ ਪਾਉਣ ਕੋ ਫਿਰ ਕੀ ਕਵੇ? ਮਨਾ ਹੀ ਕਰ ਦੇਣਾ ਆਪਾਂ, ਕਹਿ ਜੇ ਦੋ ਵਾਰੀ ਮਜ਼ਾ ਨਾ ਕੀਤਾ ਗਲਾਸੀ ਮੱਥੇ 'ਚ ਪੈਣੀ ਫਿਰ। ਸੁਣੋ, ਪੁਆਇੰਟ ਇਹ ਹੈ ਕਿ ਅਗਰ ਤੁਸੀਂ ਅੱਜ ਸਮਝ ਗਏ ਕਿ ਮੈਂ ਹੋਲੀ ਸਪਿਰਿਟ ਚੱਲਣਾ, ਤੁਹਾਨੂੰ ਮੈਂ ਐਗਜ਼ਾਮਪਲ ਦੇਤੀ ਆ। ਹੁਣ ਅਗਰ ਗੁੱਸਾ ਆਇਆ ਤਾਂ ਗੁੱਸਾ ਨਹੀਂ ਕਰਨਾ, ਨਫ਼ਰਤ ਆਈ ਤਾਂ ਚੱਪਲ ਨਹੀਂ ਲਾਉਣੀ, ਹੈਂ ਸਮਝ ਗਏ? ਆਪਣੇ ਸਿਰ 'ਤੇ ਹੱਥ ਰੱਖੋ, ਬੋਲੋ ਪਵਿੱਤਰ ਆਤਮਾ ਜੀ, ਮੈਂ ਤੁਹਾਡੀ ਮਦਦ ਮੰਗਦਾ ਤੁਹਾਡੇ ਵਿੱਚ ਚੱਲਣ ਦੇ ਲਈ, ਮੇਰੀ ਮਦਦ ਕਰੋ ਤਾਂ ਕਿ ਮੈਂ ਤੁਹਾਡੇ ਵਿੱਚ ਚੱਲਾਂ। ਹੋਲੀ ਸਪਿਰਿਟ help me ਤਾਂ ਕਿ ਮੈਂ ਤੁਹਾਡੇ ਵਿੱਚ ਚੱਲਾਂ, ਤਾਂ ਕਿ ਮੈਂ ਤੁਹਾਡੇ ਵਿੱਚ ਚੱਲਾਂ। ਮੇਰੀ ਮਦਦ ਕਰੋ ਪਵਿੱਤਰ ਆਤਮਾ, ਮਦਦ ਕਰੋ ਪਵਿੱਤਰ ਆਤਮਾ। ਸਾਜਣ ਖੋਲ ਆਪਣੀ ਜ਼ੁਬਾਨ, ਬੋਲੋ 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 ਪਵਿੱਤਰ ਆਤਮਾ, ਮੈਨੂੰ ਆਪਣੇ ਚੱਲਣ 'ਚ ਮਦਦ ਕਰੋ, ਮੈਨੂੰ ਚੱਲਣ ਦੇ ਵਿੱਚ, ਸੁਣਨ ਦੇ ਵਿੱਚ ਮਦਦ ਕਰੋ, ਆਪਣੇ ਸੁਣਨ 'ਚ ਮਦਦ ਕਰੋ। ਬੋਲੋ ਪਵਿੱਤਰ ਆਤਮਾ, ਮੈਂ ਤੁਹਾਡੀ ਮਰਜ਼ੀ ਨਾਲ ਚੱਲਾਂ, ਮੇਰੀ ਮਦਦ ਕਰੋ। ਹੋਲੀ ਸਪਿਰਿਟ ਪਵਿੱਤਰ ਆਤਮਾ, ਮੈਂ ਤੁਹਾਡੀ ਮਰਜ਼ੀ ਨਾਲ ਚੱਲਾਂ, ਮੇਰੀ ਮਦਦ ਕਰੋ। ਹੋਲੀ ਸਪਿਰਿਟ ਹੋਲੀ ਸਪਿਰਿਟ, ਮੇਰੀ ਮਦਦ ਕਰੋ, ਮੇਰੀ ਮਦਦ ਕਰੋ, ਤੁਹਾਡੇ ਨਾਲ ਚੱਲਣ ਦੇ ਲਈ ਮੇਰੀ ਮਦਦ ਕਰੋ। ਹੋਲੀ ਸਪਿਰਿਟ ਹੋਲੀ ਸਪਿਰਿਟ, ਮੇਰੀ ਮਦਦ ਕਰੋ। ਬੋਲੋ 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 ਪਵਿੱਤਰ ਆਤਮਾ, ਪਵਿੱਤਰ ਆਤਮਾ help me help me, ਮੇਰੀ ਮਦਦ ਕਰੋ, ਮੇਰੀ ਮਦਦ ਕਰੋ, ਤਾਂ ਕਿ ਮੈਂ ਤੁਹਾਡੀ ਮਰਜ਼ੀ ਵਿੱਚ ਚੱਲਾਂ, ਤਾਂ ਕਿ ਮੈਂ ਤੁਹਾਡੀ ਮਰਜ਼ੀ ਵਿੱਚ ਚੱਲਾਂ। ਕਰੋ ਸਭ ਜਣ ਬੋਲੋ ਬੋਲੋ ਉੱਚੀ ਆਵਾਜ਼ ਦੇ ਨਾਲ, ਅਗਰ ਤੁਸੀਂ ਚਾਹੁੰਦੇ ਤੁਹਾਡੀ ਆਵਾਜ਼ ਉੱਚੀ ਹੋਣੀ ਚਾਹੀਦੀ ਚਰਚ, ਬੋਲੋ ਬੋਲੋ ਬੋਲੋ, come on let's go, yes ਬੋਲੋ ਬੋਲੋ ਪਵਿੱਤਰ ਆਤਮਾ, ਮੇਰੀ ਮਦਦ ਕਰੋ, ਮੈਂ ਤੁਹਾਡੇ ਵਿੱਚ ਚੱਲਾਂ। ਹੋਲੀ ਸਪਿਰਿਟ help me, ਹੋਲੀ ਸਪਿਰਿਟ help me, ਅਗਰ ਤੁਹਾਡੀ ਆਵਾਜ਼ ਉੱਚੀ ਨਾ ਹੋਈ, ਮੈਨੂੰ ਤੁਹਾਡਾ ਨਾਰਾਜ਼ਗੀ ਆ। ਆਪਣੀ ਆਵਾਜ਼ ਖੋਲੋ, ਤੁਹਾਡਾ ਗਲਾ ਖੋਲੋ ਆਪਣਾ। ਕਹਿੰਦਾ ਸੰਗ ਅੱਡ ਕੇ ਪੁਕਾਰ, ਸਰਫਾ ਨਾ ਕਰ, ਉੱਚੀ ਕਰਕੇ ਆਵਾਜ਼, ਪਵਿੱਤਰ ਆਤਮਾ help me, ਹੋਲੀ ਸਪਿਰਿਟ help me, ਹੋਲੀ ਸਪਿਰਿਟ I love you help me, help me I love you, I love you help me, help me I love you, I love you help me, help me tadi awaaz nahi sun rahi, bolo bolo I love you holy spirit, I love you holy spirit, pitra atma meri madad karo, pitra atma meri madad karo,
ਬੋਲੋ ਸਭ ਜਨ ਪਵਿੱਤਰ ਆਤਮਾ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ ਮੇਰੀ ਹੈਲਪ ਕਰੋ ਮੇਰੀ ਹੈਲਪ ਕਰੋ ਹੈਲਪ ਮੀ ਹੋਲੀ ਸਪਿਰਿਟ ਹੈਲਪ ਮੀ ਹੋਲੀ ਸਪਿਰਿਟ ਹੈਲਪ ਮੀ ਹੋਲੀ ਸਪਿਰਿਟ ਯੈਸ ਹੋਲੀ ਸਪਿਰਿਟ ਆਈ ਲਵ ਯੂ ਹੈਲਪ ਮੀ ਹੈਲਪ ਮੀ ਹੈਲਪ ਮੀ ਹੈਲਪ ਮੀ ਹੋਲੀ ਸਪਿਰਿਟ ਸਾਡੀ ਜ਼ੁਬਾਨ ਉੱਚੀ ਹੋਵੇ ਲੈਟਸ ਗੋ ਹੈਲਪ ਮੀ ਹੋਲੀ ਸਪਿਰਿਟ ਹੈਲਪ ਮੀ ਹੋਲੀ ਸਪਿਰਿਟ ਹੈਲਪ ਮੀ ਹੋਲੀ ਸਪਿਰਿਟ ਹੋਲੀ ਸਪਿਰਿਟ ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ ਹੋਲੀ ਸਪਿਰਿਟ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਪਵਿੱਤਰ ਆਤਮਾ ਜੀ ਅਗਰ ਅੱਜ ਤੱਕ ਤੁਸੀਂ ਚੱਲਣ ਦੀ ਕੋਸ਼ਿਸ਼ ਕੀਤੀ ਪਰ ਚੱਲ ਨਹੀਂ ਪਾਏ ਆਮ ਟੈਲਿੰਗ ਯੂ ਅ ਪ੍ਰੋਫੇਸੀ ਅਡੋਰਲੀ ਅੱਜ ਤੋਂ ਬਾਅਦ ਤੁਸੀਂ ਅੜੇ ਤੇ ਖੜੇ ਹੋਵੋਗੇ ਆਪਣੀ ਕਾਲਿੰਗ ਦੇ ਵਿੱਚ ਆਮੇਨ ਤਕੜਾਈ ਦੇ ਨਾਲ ਚੱਲੂਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ